हाँ हाँ भाई डॉलर ट्री ते इत्थे हर एक चीज एक डॉलर की जिदा इंडिया दे विच एक रुपये की मिलती होवे पर इत्थे दा जिदा 70 रुपये होगा है ना इदा कुछ हाँ हर एक चीज़ इन्ने दी आ जिदा हुण जे कोई भी चीज़ तां ही इत्थे प्राइस नहीं लिखे हुए इन्हां ने हर एक स्टोरां ते तुसीं देखदे होणे अमेरिका च प्राइस हुंदे ना ये पहला स्टोर आ जिहड़ा इंडिया अंगर प्राइस भी नहीं लिखे हो क्योंकि इतने पहले पता आया सन कि आ भी डालर का ही मिलेगा जिदा हुण आस्कार आ भी सन प्लेटा इन एक डालर दियाँ मिलनगिया आ भी देख लो लेडीज का समान हाँ नौ साफ करने फाइलिंग कहते इतने अमेरिका के नौ फाइल करने पंजाबी किसान कहते जोक्स समूथ कर लेते ना जो उपर हों टैक्सचर नौहों का यू समूथ करते फाइल करके आ इत मैडिकल का समान है इधर आ देखो सारा मैडिकल का समान इतने पिया हर एक चीज़ जिदा डालर की है इतने तुम डालर दे अच्छा वाह जी वेरी नाइस पेन हेयर दी भी है जड़ी तरह तरह दीजा ने इत देख सकते हैं तेनों सब तो ज्यादा इतने कूल की लगता भी है सब तो ज्यादा वधिया तेन की लगता इतना लेना सफाई का समान लो ठीक पर बहुत लोग जड़े लेंदे है लेंदे ही नहीं वो सो स्प्रिंग्स या ये तो मैंने लगता था एयरिंग्स या इन्हें बड़ा न्याय था हाँ सिर च सवा बाणी है हुण फ्लवरा फ्लवरी किडिंग किडिंग आ जिदा ना स्टिकर जहे होंदे आ इहनू इदां पाड़ो तां इहदे थल्ले इदां ते अपने कपड़िया जिदा हुण कुछ लगाया होवे माड़ा मोटा इहनू इह साफ कर दिंदा गंद नूं आ क्लीनर वगैरह असीं लईदे आ इत्थों साबण भी लै लईदा आ कई वेले झाड़ू लै लईदा असीं ਇਹਨਾਂ ਨੇ ਵੀ ਲੈ ਕੇ ਆਉਣ ਲੱਗ ਪਿਆ ਇਹ ਝਾੜੂ ਆ ਵੀ ਆ ਪਹਿਲਾਂ ਦੇ ਆ ਇਹਨਾਂ ਕੋਲ ਆ ਡੰਡਾ ਵੀ ਹੈ ਤੇ ਆ ਡੰਡਾ ਹੈ ਅੱਗੇ ਇਹ ਇਕੱਠਾ ਹੀ ਦਿੰਦੇ ਹੁੰਦੇ ਸੀਗੇ ਝਾੜੂ ਹੁਣ ਥੋੜ੍ਹੇ ਸਮਾਰਟ ਹੋ ਗਏ ਨੇ ਡੰਡਾ ਜਦੋਂ ਦੇਣ ਲੱਗ ਪਿਆ ਬਿਕੋਜ਼ ਬਾਕੀ ਤਾਂ ਤਾਂ ਸੱਤਾਂ ਸੱਤਾਂ 'ਤੇ ਘੱਟ ਆਉਂਦੇ ਨਹੀਂ ਇੱਦਾਂ ਦੇ ਝਾੜੂ ਪੰਜਾਂ ਪੰਜਾਂ ਸੱਤਾਂ ਸੱਤਾਂ ਨੂੰ ਆਉਂਦੇ ਆ ਸੋ ਆਈ ਗੈਸ ਇਹ ਮੇਕ ਸੈਂਸ ਆ ਵੀ ਇਹਨੀ ਥੋੜ੍ਹਾ ਆਪਣਾ ਕਾਸਟ ਰਡਿਊਸ ਕਰਨੇ ਨੂੰ ਅਤੇ ਇਹਨਾਂ ਨੂੰ ਥੋੜ੍ਹੇ ਪੈਸੇ ਬਣ ਡੰਡਾ ਵੱਖਰਾ ਕਰਤਾ ਜਿੱਦਾਂ ਹੁਣ ਆਹ ਇਕੱਠੇ ਆਉਂਦੇ ਆ ਹਜੇ ਵੀ ਪਰ ਇਹਦੀ ਕੁਆਲਿਟੀ ਨਾ ਸਹੀ ਅੱਗੇ ਡੰਡੇ ਦੀ ਹੁਣ ਜ਼ਿਆਦਾ ਕੁਆਲਿਟੀ ਵਾਲਾ ਝਾੜੂ ਲੈ ਕੇ ਆ ਗਿਆ ਥੋੜ੍ਹਾ ਜਾਣੀ ਸਮਾਰਟ ਵੈਰੀ ਸਮਾਰਟ ਕਲੀਨਰ ਦੇ ਸਾਰਾ ਸਮਾਨ ਟੋਇਲਟ ਪੇਪਰ ਵਗੈਰਾ ਆ ਭਾਂਡੇ ਪਏ ਆ ਤੁਹਾਨੂੰ ਦਿਖਾ ਦਿੰਦੇ ਹਾਂ ਜਾਰਸ ਵਗੈਰਾ ਸੋਹਣੀ ਜਿਹੀ ਜਾਰ ਹੈਗੀ ਨਿਆਣਿਆਂ ਦੇ ਸਿੱਪੀ ਕੱਪੇ ਨੂੰ ਕਹਿ ਦਿੰਦੇ ਆ ਉੱਪਰ ਵੀ ਹੈਗੀਆਂ ਬੋਤਲਾਂ ਜਿਹੀਆਂ ਅਤੇ ਕਈ ਕੰਪਨੀਆਂ ਆਪਣਾ ਉੱਪਰ ਇਹਦੇ ਬ੍ਰਾਂਡ ਲਾ ਕੇ ਉੱਪਰ ਲੇਬਲ ਇਹੀ ਵੇਚੀ ਜਾਂਦੇ ਆ ਕਈ ਸਟੋਰਾਂ 'ਚ ਜਾਈਦਾ ਇਹਨਾਂ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਇੱਥੋਂ ਲੈਂਦੇ ਸੋ ਕੇ ਉਹ ਬਸ ਥੋੜ੍ਹਾ ਜਿਹਾ ਲੇਬਲ ਵਧਾ ਕੇ ਦਸਾਂ ਦਸਾਂ ਦੀਆਂ ਵੇਚੀ ਜਾਂਦੇ ਪੰਜਾਂ ਪੰਜਾਂ ਦੀਆਂ ਵੇਚੀ ਜਾਂਦੇ ਉਹੀ ਪੇਂਟ ਕਰਨੇ ਨੂੰ
ਹੁਣ ਆ ਜੇ ਮੈਂ ਪੇਟ ਸਟੋਰ ਜਾਵਾਂ ਆਹੀ ਸਿਰਫ ਆਹੀ ਇਕੱਲਾ ਲੈਣ ਨੂੰ ਤਾਂ ਇਹ $5 ਦਾ ਹੋਣਾ ਆ। ਆ ਜੇ ਤੁਸੀਂ ਆਪ ਰੰਗ ਵਗੈਰਾ ਕਰਨਾ ਚਾਹੁੰਦੇ ਹੋ ਤਾਂ ਆ ਫਰੇਮ ਵੀ ਹੈਗਾ ਦੇਖੋ ਅਤੇ ਨਾਲ ਇੰਕਾਂ ਵੀ ਦਿੰਦੇ ਆ ਸਾਰਾ ਕੁਛ ਦਿੰਦੇ ਜਾਣੀ ਡਰੋਰ ਵਗੈਰਾ ਬਣਾ ਸਕਦੇ ਹੋ ਲੈਗੋਸ ਵਗੈਰਾ ਵੀ ਇੱਥੋਂ ਤੁਸੀਂ ਲੈ ਸਕਦੇ ਹੋ ਜੋ ਕਿ ਲੈਗੋ ਸਟੋਰ 'ਤੇ ਬਹੁਤ ਮਹਿੰਗੇ ਹੁੰਦੇ ਆ। ਹੁਣ ਇੱਦਾਂ ਆ ਲੈਗੋਸ ਅੱਗੇ ਪੈਟੈਂਟਡ ਸੀਗੇ ਹੁਣ ਉਹਨੇ ਆਪਣਾ ਪੈਟੈਂਟ ਉਠਾ ਲਿਆ ਅਤੇ ਕੋਈ ਵੀ ਬਣਾ ਸਕਦਾ ਹੁਣ ਲੈਗੋਸ ਮੇਕ ਇਟ ਬਲੋਗਸ ਲਿਖਿਆ ਉੱਦਾਂ ਵੀ ਇੱਥੇ ਲੈਗੋਸ ਲੈਗੋਸ ਲਿਖਿਆ ਹੁੰਦਾ ਉਹਨੂੰ ਉਹ ਹੈ ਨਹੀਂ ਗਾ ਜੇ ਤੁਸੀਂ ਦੇਖ ਸਕਦੇ ਹਾਂ ਮੇਕ ਇਟ ਬਲੋਗਸ। ਕੋਈ ਪਾਰਟੀ ਥਰੋ ਕਰ ਰਹੇ ਹਾਂ ਉਹਦੇ ਲਈ ਬੈਗਸ ਚਾਹੀਦੇ ਤੁਹਾਨੂੰ ਕਿ ਨਹੀਂ ਨਾ ਇੱਕ ਸਟੋਰ ਹੁੰਦੇ ਸੀਗੇ ਜਿਹੜੇ ਇੱਦਾਂ ਦੇ ਸੀਗੇ ਉਹ ਸਾਰੇ ਫੇਲ ਕਰਤੇ ਬਿਕੋਜ਼ ਇੱਥੋਂ ਉਹੀ ਸਮਾਨ ਡਾਲਰ ਦਾ ਮਿਲਦਾ ਉੱਥੇ ਦਸਾਂ ਦਸਾਂ ਦਾ ਇੱਦਾਂ ਮਿਲਦੇ ਸੀਗੇ ਉੱਥੇ ਕਾਰਡ ਹੀ ਉੱਥੇ ਪਹਿਲਾਂ ਦਸਾਂ ਦਸਾਂ ਦੇ ਮਿਲਦੇ ਸੀਗੇ ਇੱਥੇ ਤਾਂ 50 ਸੈਂਟ ਨੂੰ ਕਾਰਡ ਮਿਲ ਜਾਂਦਾ ਹੈ ਯਾਨੀ ਜੇ ਤੁਸੀਂ ਕਾਰਡ ਲੈਣਾ ਬਰਥਡੇ ਦਾ। ਆ ਸਾਰੀਆਂ ਵੀ ਹੈਗੀਆਂ ਇੱਦਾਂ ਚਿਮਟਾ ਜਿਹਾ ਪਾਰਟੀ ਲਈ ਜਾਣੀ ਜੋ ਵੀ ਤੁਸੀਂ ਸੋਚਦੇ ਨਾ ਵੀ ਮੈਨੂੰ ਚਾਹੀਦਾ ਜਿੱਦਾਂ ਹੁਣ ਆ ਸੈਲਡ ਲਈ ਸੈਲਡ ਬੋਲ ਸਾਰਾ ਕੁਛ ਹੈਗਾ ਹੈ ਨਾ ਰੈਪਸ ਵਗੈਰਾ ਵਗੈਰਾ। ਆ ਦੇਖੋ ਹੁਣ ਕਾਰਡਸ ਵੀ ਹੈਗੇ ਸਾਰੇ ਤਰ੍ਹਾਂ ਦੇ ਇਹਨਾਂ ਕੋਲ ਆ ਦੇਖੋ $2 ਆ ਕਾਰਡ ਅਤੇ ਹੈਗੇ ਵੀ ਸੋਹਣੇ ਪਿਆਰੇ ਕਾਰਡ ਆ ਇਹ ਨਹੀਂ ਹੈ ਕਿ ਉੱਦਾਂ ਹੀ ਨਹੀਂ ਕੋਈ ਮਿਹਨਤ ਨਹੀਂ ਕੀਤੀ ਉਹਨਾਂ 'ਤੇ ਸੋਹਣੇ ਆ ਪਿਆਰੇ ਆ ਕਾਰਡ। ਹੁਣ ਆ ਦੇਖੋ ਕਿੰਨੇ ਵਧੀਆ ਇਹਨੂੰ ਟੈਕਸਚਰ ਕਾਸ਼ ਮੈਂ ਸ਼ੋਅ ਕਰ ਸਕਦਾ ਟੈਕਸਚਰ ਦਿੱਤੀ ਉਹ ਕਾਰਡ ਨੂੰ ਹਰ ਇੱਕ ਕਾਰਡ ਜਾਣੀ ਆ ਵੀ ਥੋੜ੍ਹੇ ਲਿਫਟਿਡ ਆ ਹਾਂ ਬਾਹਰ ਰੱਖਣ ਨੂੰ ਉਹਨੇ ਗਾਰਡਨ ਵਗੈਰਾ ਦੇ ਵਿੱਚ ਰੱਖਣ ਨੂੰ ਸਮਾਨ। ਹੁਣ ਇਹਨਾਂ ਦਾ ਵੈਲੰਟਾਈਨਸ ਡੇ ਆ ਰਹੇ ਆ ਇਹਨਾਂ ਨੂੰ ਇੱਦਾਂ ਨਹੀਂ ਹੁੰਦਾ ਕਿੰਨੇ ਦੀ ਸਾਨੂੰ ਬ੍ਰਾਂਡਾਂ ਦਾ ਬਹੁਤ ਜ਼ਿਆਦਾ ਹੁੰਦਾ ਆ ਕੋਈ ਫਲਾਨੀ ਬ੍ਰਾਂਡ ਦਾ ਪਾਏ ਆ ਫਲਾਨੇ ਬ੍ਰਾਂਡ ਦਾ ਪਾਏ ਆ ਅਤੇ ਇਹਨਾਂ ਨੂੰ ਐਜ਼ ਯੂ ਕੈਨ ਟੈਲ ਇੰਨੀ ਨਹੀਂ ਮੈਟਰ ਹੈਗੀ ਇਹਨਾਂ ਨੂੰ ਫੀਲਿੰਗ ਦੇ ਨਾਲ ਅਤੇ ਕੀ ਹੋ ਰਿਹਾ ਉਹਦੇ ਨਾਲ ਮੈਟਰ ਹੁੰਦੀ ਆ। ਹੁਣ ਆ ਚੋਕਲੇਟਸ ਆ ਇਹੀ ਜੇ ਤੁਸੀਂ ਕਿਤੇ ਮਹਿੰਗੇ ਸਟੋਰ 'ਚ ਜਾ ਕੇ ਲੈ ਕੇ ਆਓ ਹੋ ਸਕਦਾ ਵੀ ਉਹ ਫਰੈਸ਼ ਬਣੀਆਂ ਹੋਣ ਇਹ ਥੋੜ੍ਹਾ ਚਿਰ ਦੀਆਂ ਪਈਆਂ ਪੈਕੇਜ ਇੰਨਾ ਕੁ ਫਰਕ ਆ ਬਟ ਹੈ ਤਾਂ ਚੋਕਲੇਟਸ ਨਾ ਸੋ ਆਹ ਹੁਣ ਕਾਰਡਸ ਰੱਖੇ ਹੋ ਸਪੈਸ਼ਲ ਕਾਰਡ ਸਾਰੇ ਡਾਲਰ ਦੇ ਹੋਣੇ ਆ ਇੱਕ ਸੀ ਆਏ ਡਾਲਰ ਦਾ ਹੀ ਆ ਕਾਰਡ ਇੱਕ ਪਰ ਇਹ ਦੇਖੋ ਪਿਆਰਾ ਕਿੰਨਾ ਆ ਦੇਖੋ ਅਪਲਿਫਟਿਡ ਆ ਆਹ ਕਿੰਨਾ ਜਾਣੀ 10-20 ਦਾ ਕਾਰਡ ਆਉਣਾ ਇਹ ਜੇ ਕਿਸੇ ਹੋਰ ਸਟੋਰ 'ਚ ਮੈਂ ਵੜ ਗਿਆ ਤੁਹਾਨੂੰ ਦਿਖਾ ਵੀ ਦਊਂਗਾ ਕਿਸੇ ਦਿਨ ਮੈਂ ਬਹੁਤ ਸਟੋਰਾਂ 'ਚ ਦੇਖੇ ਉਹ ਕਾਰਡ ਆਹੀ ਕਾਰਡ ਬਹੁਤ ਮਹਿੰਗੇ ਆਉਣਗੇ ਇਹਨਾਂ ਨੂੰ 20% ਬਚਦਾ ਮੈਕਸੀਮਮ 10-20% ਇਹਨਾਂ ਦੀ ਮਾਰਜਨ ਹੁੰਦੀ ਆ ਬਾਕੀ ਸਾਰੇ ਪੈਸੇ ਜਿੱਦਾਂ ਹੁਣ ਇੰਪਲੋਈ ਵੀ ਰੱਖੇ ਹੋ ਆ ਉਹਨਾਂ ਦੇ ਵਿੱਚੇ ਲੱਗ ਜਾਂਦਾ ਨਹੀਂ ਤਾਂ ਇਹਨਾਂ ਦਾ ਪੈਸੇ ਪੂਸੇ ਚਿਪਸ ਰੱਖੇ ਹੋਏ ਨੇ ਸੋ ਹੇਅਰ ਯੂ ਗੋ ਆ ਛੋਟੇ ਨੇ ਵੱਖਰੇ ਵੱਖਰੇ ਜਾਂ ਕੀ ਆ ਇਹ ਲੱਭੇ ਜਾਣੇ ਆ ਸਾਰੀਆਂ ਤਰ੍ਹਾਂ ਦੀਆਂ ਕੈਂਡੀਆਂ ਵੀ ਰੱਖੀਆਂ ਅਤੇ ਹੋਰ ਕੁੱਕੀਜ਼ ਵਗੈਰਾ ਵੀ ਰੱਖੀਆਂ ਮੈਂ ਕੋਸ਼ਿਸ਼ ਕਰਦਾ ਵੀ ਕਿਸੇ ਨੂੰ ਨਾ ਲਵਾਂ ਇਹਦੇ ਵਿੱਚ ਮੈਂ ਕਿਸੇ ਦਾ ਚੰਗਾ ਨਹੀਂ ਲੱਗਦਾ ਫਿਰ ਵੀ ਥੋੜ੍ਹਾ ਰਿਸਪੈਕਟਫੁਲ ਹੋਣਾ ਵਧੀਆ ਰਹਿੰਦਾ ਆ ਕੋਈ ਪਿੱਛੇ ਬੋਲਦਾ ਵਗੈਰਾ ਆ ਉਹ ਤਾਂ ਮੈਂ ਹੁਣ ਕੰਟਰੋਲ ਕਰ ਨਹੀਂ ਸਕਦਾ ਔਫਕੋਰਸ ਆ ਹੈਗੇ ਸੋਡੇ ਜੀ ਹੋਰ ਸੋਡੇ ਦਾ ਇਹਨਾਂ ਦੇ ਬ੍ਰਾਂਡ ਦੇ ਆ ਆ ਪਾਣੀ ਵੀ ਇੰਨੇ ਆ ਇਹਦੇ ਵਿੱਚ $6 ਦੇ ਜ
ਦਾ ਬੰਦਾ ਨਿਕਲਦਾ ਉਧਰ ਦਾ 50-60 ਡਾਲਰ ਖਰਚ ਦਿੰਦਾ ਡਾਲਰ ਡਾਲਰ ਸੋਚ ਕੇ। ਹੁਣ ਅਸੀਂ ਮਿੱਤਰੋ ਚੱਲੇ ਹਾਂ ਮੇਰੀ ਦਵਾਈ ਪਿਕਅਪ ਕਰਨ, ਅੱਗੇ ਮਾਈਗ੍ਰੇਨ ਹੈਡਿਕਸ। ਹੁਣ ਡਾਕਟਰ ਕਹਿੰਦੀ ਵੀ ਜੇ ਤੈਨੂੰ ਹੈ ਨਾ ਮੇਰੀ ਕਦਰ ਤਾਂ ਪਲੀਜ਼ ਖਾਇਆ ਕਰ, ਸਿਰਫ 1 ਈਅਰ ਟਰਾਈ ਕਰਕੇ ਦੇਖ ਲਾ। ਸੋ ਹੁਣ ਮੇਰੇ 2-3 ਮਹੀਨੇ ਹੋ ਗਏ ਨੇ, ਲਿਟਲ ਬਿਟ ਮੋਰ ਟੂ ਗੋ। ਫਾਰਮੇਸੀ ਲਿਖਿਆ ਦਾ ਲੈਣ ਲੱਗੀ ਹੋ ਆ, ਉਹਦੇ ਹਿਸਾਬ ਨਾਲ ਇੱਥੇ ਖੜ੍ਹਨਾ ਹੈ 6 ਫੁੱਟ ਦੀ ਦੂਰੀ 'ਤੇ, ਫਿਰ ਉਹਨੇ ਸਾਨੂੰ ਕਾਲ ਕਰਨਾ ਮੂਹਰੇ ਜਾ ਕੇ, ਉਨਾ ਚਿਰ ਪਾਸ ਕਰ ਲੈਣੀ। Thank you so much. No problem. Have a wonderful day. Thanks for doing what you're doing, man. No problem. Yeah. So, there you go. Got my medicine. Now I'm off to the jail. I'm in my house. I'm back. Going back to my house. That's what I meant to say. All right. ਡਾਲਰ ਸਟੋਰ ਦੀ ਅਸੀਂ ਗੱਲ ਕਰਦੇ ਸੀਗੇ ਨਾ, ਉਹਦੇ ਹਿਸਾਬ ਨਾਲ, ਸੋਰੀ ਮੈਂ ਅੰਗਰੇਜ਼ੀ ਬੋਲਣ ਲੱਗ ਪਈ ਸੀ। ਹੁਣ ਆ $1.19 ਨੂੰ ਆ ਕੈਂਡੀ, ਇੱਥੇ ਸਾਰਿਆਂ 'ਤੇ ਪ੍ਰਾਈਸ ਲੇਵਲ ਆ, ਸਾਰਿਆਂ 'ਤੇ ਪ੍ਰਾਈਸ ਲੇਵਲ ਆ ਯਾਰ। ਇਹਦੀ ਆਦਤ ਪੈ ਗਈ, ਜਦ ਬੰਦਾ ਵਿਆਹਿਆ ਜਾਂਦਾ ਨਾ ਤਾਂ ਇੱਦਾਂ ਦੀਆਂ ਖੋਲ ਜਿਹੀਆਂ ਆਦਤਾਂ ਪੈ ਜਾਂਦੀਆਂ। ਇਹ ਹੁਣ ਅੰਮ੍ਰਿਤਸਰੀ ਵਾਲਾ ਹੋ ਗਿਆ ਨਾ, ਤੁਹਾਨੂੰ ਵੀ ਨਾਲੇ ਰਲਾ ਲੈਂਦੇ ਜੀ, ਉਹ ਇੱਦਾਂ ਬੋਲਦੇ ਆ, ਉਹ ਭਾਊ ਇੱਥੇ ਚੱਲਿਆ ਜੀ, ਤੇਰਾ ਭਾਪਾ ਕਿੱਥੇ ਕਿੱਥੇ ਹੀ। ਜੋਕਿੰਗਸ ਮੈਨ, ਜੋਕਿੰਗਸ, ਗੁੱਸਾ ਨਾ ਕਰਿਓ, ਮਜ਼ਾਕ ਚ ਇੱਕ ਦੂਸਰੇ ਨਾਲ। ਹੁਣ ਜਿੱਦਾਂ ਸਾਰੀਆਂ ਬੋਲੀਆਂ ਬੋਲਦੀਆਂ ਮੈਂ, ਕੀ ਕਰਦਾ ਵੈ, ਕੀ ਕਰਦਾ ਹੈ, ਕਿਆ ਕਰਦਾ ਆ, ਸਾਰੇ ਹੋ ਗਏ ਹੁਣ। ਹੋਪਫੁਲੀ ਕੋਈ ਗੁੱਸਾ ਵੀ ਨਹੀਂ ਕਰਦਾ ਹੋਵੇ ਇੱਥੇ, ਮਨ ਤਾਂ ਵਧੀਆ ਰਹਿੰਦਾ ਆ। ਜੇ ਨਹੀਂ ਕਰਨਾ ਕਹਿੰਦੇ ਮਚਣਾ ਨਹੀਂ, ਮਚੀ ਜਾਣਾ ਆ। ਆਹ ਦੇਖ ਲੈ, ਮਚੀ ਨਹੀਂ ਤੂੰ, ਮਚ ਲਿਆ ਕਰੋ ਤੁਸੀਂ ਵੀ। ਓਕੇ ਜੀ, ਹੁਣ ਡਰਾਈਵ ਡਰਾਈਵ ਸੇਫ ਹੁੰਦੀ ਆ, ਇਹਦੇ ਵਿੱਚ ਫੋਨ ਨਹੀਂ ਯੂਜ਼ ਕਰੀਦਾ। ਸੋ ਵਿਊ ਦੇਖ ਸਕਦੇ ਹਾਂ ਇਹਨੂੰ, ਸਬਵੇ ਜਾਂ ਵੀ ਵਿਊ ਦੇਖ ਲਓ, ਡਾਇਮੰਡਸ। ਇਹ ਕਹਿੰਦੀ ਡਾਇਮੰਡ ਐਵਰੀਥਿੰਗ ਚਾਹੀਦਾ, ਮੈਂ ਗੱਡੀ ਵੀ ਡਾਇਮੰਡ ਹੀ ਲਈ ਹੋਈ ਹੈ। ਆ ਰਿਹਾ ਪੀਸ ਆਫ, ਹਾਂਜੀ ਕਹਿੰਦੇ ਕਹਿੰਦੇ